ਜਿਹੜਾ ਸਿਸਟਮ ਆ ਜਿਹੜਾ ਅਡੋਪਟ ਕੀਤਾ ਸਾਰੀਆਂ ਪੋਲੀਟੀਕਲ ਸਰਮਾਏਦਾਰ ਪਾਰਟੀਆਂ ਨੇ ਗਲਤ ਹੈ, ਸੰਵਿਧਾਨ ਦੇ ਉਲਟ ਹੈ। ਔਰ ਦੇਸ਼ ਦੀ ਜਿਹੜੀ BJP ਆ ਉਹ ਚਾਹੁੰਦੇ ਆ ਪ੍ਰਧਾਨਗੀ ਤਰਜ ਦਾ ਰਾਜ ਹੋਵੇ। ਪ੍ਰਧਾਨਗੀ ਤਰਜ ਦੇ ਰਾਜ ਵਿੱਚ ਡਾਇਰੈਕਟ ਮਤਲਬ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਜਾਂ ਗਵਰਨਰ ਚੁਣੇ ਜਾਂਦੇ ਨੇ। ਅਤੇ ਅਮਰੀਕਾ ਦਾ ਸੰਵਿਧਾਨ ਨਹੀਂ ਹੈ ਵੀ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਅਸੀਂ ਚੱਲ ਰਹੇ ਹਾਂ ਟੋਟਲ ਰੌਂਗ ਹੈ।